ਖਾਲਿਦ ਸਾਹਿਬ ਦੇ ਇੱਕ ਜਿਹੜਾ ਸਵਾਲ ਹੈ ਜਿਹੜਾ ਕਿ ਆਮ ਤੌਰ ਤੇ ਸਾਡੇ ਤੋਂ ਕਰਦੇ ਨੇ ਔਰ ਪੁੱਛਣਾ ਚਾਹੁੰਦੇ ਨੇ ਉਹ ਇਹ ਹੈ ਕਿ ਵੀ ਮਜ਼ਹਬ ਦੇ ਬਾਰੇ ਵਿੱਚ ਬਹੁਤ ਸਾਰੇ ਲੋਕਾਂ ਦਾ ਇਹ ਖਿਆਲ ਹੈ ਕਿ ਮਜ਼ਹਬ ਇੱਕ ਜਿਹੜੀ ਹੈ ਨਾ ਬਹੁਤ ਪੁਰਾਣੀ ਗੱਲ ਰਹਿ ਗਈ, ਇਸ ਵਕਤ ਜਿਹੜਾ ਨਾ ਮਜ਼ਹਬ ਕੋਈ ਕਾਬਲੇ ਅਮਲ ਚੀਜ਼ ਨਹੀਂ ਹੈ, ਤੇ ਲਿਹਾਜ਼ਾ ਇਸ ਵਕਤ ਜਿਹੜਾ ਨਾ ਬਹੁਤ ਸਾਰੇ ਲੋਕ ਐਸੇ ਵੀ ਜਿਹੜੇ ਹੈ ਨੇ ਕਿ ਜਿਹੜੇ ਕਹਿੰਦੇ ਨੇ ਕਿ ਮਜ਼ਹਬ ਕੋਈ ਐਸੀ ਹਕੀਕਤ ਨਹੀਂ ਹੈ, ਮਜ਼ਹਬ ਕਾਬਲੇ ਅਮਲ ਨਹੀਂ ਹੈ, ਹੁਣ ਕੋਈ ਮਜ਼ਹਬ ਦੀ ਗੱਲ ਨਾ ਕੀਤੀ ਜਾਏ, ਬਸ ਜਿਹੜੀ ਵੀ ਸਾਇੰਸ ਦੀ ਤਰੱਕੀ ਹੈ ਔਰ ਉਸਦੇ ਮੁਤਾਬਕ ਜਿਹੜੀ ਦੁਨੀਆ ਦੇ ਜੋ ਵੀ ਰਹਿਣ ਸਹਿਣ ਹੈ ਉਸਨੂੰ ਉਸਦੇ ਮੁਤਾਬਕ ਤਿਆਰ ਕੀਤਾ ਜਾਏ, ਯਾਨੀ ਕਿ ਇਨਸਾਨ ਦੇ ਰਹਿਣ ਸਹਿਣ ਦੇ ਔਰ ਮਜ਼ਬੂਤ ਤੌਰ ਕੋਈ ਤਲਕ ਮਜ਼ਹਬ ਦਾ ਨਹੀਂ ਹੈ। ਤਿੰਨ ਜੁਦੇ ਜੁਦੇ ਦਾਇਰੇ ਆ, ਉਹਨਾਂ ਨੂੰ ਅਲੱਗ ਰੱਖਣਾ ਚਾਹੀਦਾ, ਇਲਮ ਵਾਲੇ ਬੰਦਿਆਂ ਨੂੰ ਪਤਾ ਹੁੰਦਾ। ਦੁਨੀਆ 'ਚ ਦੋ ਤਬਕੇ ਨੇ, ਇੱਕ ਤਬਕਾ ਹਾਲੀ ਵੀ ਰਿਲੀਜਨ ਨੂੰ ਵਨ ਵੇ ਔਰ ਦੀ ਅਦਰ ਆਪਣੇ ਜ਼ੋਰ ਰੋਜ਼ਮਰਾ ਜ਼ਿੰਦਗੀ 'ਚ ਯੂਜ਼ ਕਰਦਾ, ਜਿਸ ਤਰ੍ਹਾਂ ਅਸੀਂ ਲੋਕ ਵੀ ਕਰਦੇ, ਠੀਕ ਹੈ। ਇੱਕ ਤਬਕਾ ਐਸਾ ਜਿਹੜਾ ਕਹਿੰਦਾ ਦੀ ਰਿਲੀਜਨਸ ਆਰ ਆਊਟਡੇਟਡ ਨਾਓ, ਸੋ ਪ੍ਰੈਕਟੀਕੈਲਿਟੀ ਇਜ਼ ਮੋਰ ਇੰਪੋਰਟੈਂਟ, ਠੀਕ ਹੈ। ਉਹ ਜਿਹੜੇ ਕਹਿੰਦੇ ਨੇ ਪ੍ਰੈਕਟੀਕੈਲਿਟੀ ਇਜ਼ ਮੋਰ ਇੰਪੋਰਟੈਂਟ, ਉਹ ਇਸ ਵੇਲੇ ਦੁਨੀਆ ਦੇ ਵਿੱਚ ਰੂਲ ਕਰ ਰਹੇ ਨੇ। 6 ਬਿਲੀਅਨ ਦੀ ਜਿਹੜੀ ਪਾਪੂਲੇਸ਼ਨ ਹੈ ਉਹ 'ਚੋਂ ਤਕਰੀਬਨ 1.5 ਬਿਲੀਅਨ ਐਸੀ ਪਾਪੂਲੇਸ਼ਨ ਜਿਹਦਾ ਕੋਈ ਮਜ਼ਹਬ ਨਹੀਂ ਹੈ, ਔਰ ਐਥਿਕਸ ਉਹਨਾਂ 'ਚ ਵੀ ਹੈਗੇ ਨੇ। ਦੇ ਆਲਸੋ ਸੇ ਦਿਸ ਇਜ਼ ਗੁੱਡ ਐਂਡ ਦਿਸ ਇਜ਼ ਬੈਡ, ਐਂਡ ਸਮ ਟਾਈਮ ਦੇ ਆਰ ਬੈਟਰ ਮੁਸਲਮ ਕਿਉਂਕਿ ਉਹ ਜ਼ਿਆਦਾ ਓਨਸ ਲੋਕ ਨੇ। ਸੋ ਉਹਨਾਂ ਦਾ ਕਹਿਣ ਦਾ ਮਤਲਬ, ਜਿਨ੍ਹਾਂ ਲੋਕਾਂ ਨੇ ਇਹ ਬਿਲੀਵ ਕਰ ਲਿਆ ਕਿ ਰਿਲੀਜਨ ਆਰ ਆਊਟਡੇਟਡ ਨਾ, ਸੋ ਪ੍ਰੈਕਟੀਕੈਲਿਟੀ ਇਜ਼ ਮੋਰ ਇੰਪੋਰਟੈਂਟ, ਤੁਸੀਂ ਅਮਲੀਅਤ ਪਸੰਦੀ ਅਕਲੀਅਤ ਪਸੰਦ ਨਾਲ ਚੱਲੋਗੇ ਤੇ ਤੁਸੀਂ ਬਿਹਤਰ ਲਾਈਫ ਕਰ ਸਕੋ, ਇਹ ਗੱਲ ਪ੍ਰੂਵ ਹੋ ਚੁੱਕੀ ਹੋਈ ਹੈ। ਹੁਣ ਮੈਂ ਅਮੈਰੀਕਾ ਦੀ ਹਿਸਟਰੀ, ਮੈਨੂੰ ਬੜਾ ਸ਼ੌਕ ਹੈ, ਮੈਂ ਉਹ ਕਿਤਾਬ ਵੀ ਰੱਖੀ ਸਾਹਮਣੇ, ਬਹੁਤ ਹੀ ਮੋਟੀ ਹੈ। ਉਹਦੇ ਵਿੱਚ ਜਦੋਂ ਲੋਕ ਉੱਥੇ ਯੂਰਪ 'ਚੋਂ ਭੱਜ ਕੇ ਉੱਥੇ ਪਹੁੰਚੇ ਨੇ, ਜਿਨ੍ਹਾਂ ਨੂੰ ਉੱਥੇ ਸਹੀ ਕੋਈ ਰਿਸਪੋਂਸ ਨਹੀਂ ਸੀ ਮਿਲਦੀ, ਟੁੱਟੀਆਂ ਕਿਸ਼ਤੀਆਂ 'ਚ ਬੈਠ ਕੇ ਉੱਥੇ ਚਲੇ ਗਿਆ, ਰਸਤੇ ਡੁੱਬਣ ਦਾ ਵੀ ਖਤਰਾ ਸੀ, ਬਾਹਰ ਵਾਲਿਆਂ ਨੇ ਉੱਥੇ ਬੜੀ ਸਟਰਗਲ ਕੀਤੇ ਜਾ ਕੇ, ਉੱਥੇ ਜਾ ਕੇ ਉਹਨਾਂ ਨਾਲ ਕੁਛ ਕ੍ਰਿਸਚਨ ਮਿਸ਼ਨਰੀਜ਼ ਵੀ ਗਈਆਂ ਜਿਹੜੇ ਲੋਕਾਂ ਨੂੰ ਜਾ ਕੇ, ਉਹਨਾਂ 'ਚੋਂ ਕੁਛ ਇੱਕ ਪਿਊਰੀਟਨਸ ਦਾ ਫਿਰਕਾ ਸੀ ਜਿਹੜਾ ਕਹਿੰਦੇ ਸੀ ਕ੍ਰਿਸਚੈਨਿਟੀ 'ਚ ਬਹੁਤ ਸਾਰੀ ਹੋਰ ਚੀਜ਼ਾਂ ਗਲਾਸਾਂ ਆ ਗਈਆਂ ਸੀ, ਵੀ ਵਾਂਟ ਟੂ ਪਿਊਰੀਫਾਈ ਇਟ, ਉਹਨਾਂ ਨੇ ਉੱਥੇ ਜਾ ਕੇ ਚਰਚਿਸ ਵਗੈਰਾ ਜਿਹੜੇ ਵੀ ਬਣਾਏ। ਲੇਕਿਨ ਉਹ ਤੋਂ ਬਾਅਦ ਨੈਚੁਰਲੀ ਚੀਜ਼ ਇੱਕ ਆਊਟਕਮ ਹੋਈ ਕਿ ਉੱਥੇ ਇੱਕ ਤਬਕਾ ਪੈਦਾ ਹੋ ਗਿਆ ਜਿਹਨੂੰ ਡੀਸ ਬੋਲਦੇ ਨੇ। ਡੀਸ ਦਾ ਇਹ ਮਤਲਬ ਹੈਗਾ ਕਿ ਦੇ ਆਰ ਬਿਲੀਵਰ ਆਫ ਗੋਡ। ਕ੍ਰਾਈਸਟ ਦੇ ਬਾਰੇ 'ਚ ਕਹਿੰਦੇ ਸੀ ਕਿ ਕ੍ਰਾਈਸਟ ਵਾਜ ਏ ਜੈਂਟਲਮੈਨ, ਵੀ ਸ਼ੁੱਡ ਰਿਸਪੈਕਟ ਹਿਮ ਐਂਡ ਨਥਿੰਗ ਮੋਰ ਦੈਨ ਦੈਟ। ਉਹਦੀ ਡਿਵਿਨਿਟੀ ਨਹੀਂ ਸੀ ਮੰਨਦੇ, ਕਹਿੰਦੇ ਦੇਰ ਇਜ਼ ਨੋ ਡਿਵਿਨਿਟੀ, ਬਾਕੀ ਚੀਜ਼ਾਂ ਸਹੀ ਨਹੀਂ ਹੈ, ਹੀ ਵਾਜ ਏ ਜੈਂਟਲਮੈਨ ਐਂਡ ਵੀ ਮਸਟ ਰਿਸਪੈਕਟ ਹਿਮ, ਬਾਕੀ ਉਹਨਾਂ ਦੇ ਅਮਲ ਉਮਲ ਕਰਨ ਵਾਲੀ ਕੋਈ ਗੱਲ ਨਹੀਂ, ਕੋਈ ਐਸੀ ਗੱਲ ਹੀ ਨਹੀਂ। ਇੱਕ ਇਹੋ ਜਿਹਾ ਤਬਕਾ ਪੈਦਾ, ਇੱਕ ਉਹ ਕ੍ਰਾਈਸਟ ਨੂੰ ਕਹਿੰਦਾ ਪਤਾ ਨਹੀਂ ਇਹ ਕੋਈ ਸਟੋਰੀ ਹੋਏਗੀ ਜਾਂ ਕੀ, ਉਹ ਦੇ ਦੇ ਆਰ ਬਿਲੀਵਰ ਆਫ ਗੋਡ ਓਨਲੀ। ਇੱਕ ਐਸੇ ਵੀ ਨੇ ਜਿਹੜੇ ਗੋਡ ਨੂੰ ਕਹਿੰਦੇ ਨੇਚਰ 'ਤੇ ਕੋਈ ਹੈ ਗੋਡ ਨਹੀਂ, ਮਤਲਬ 3 ਸਾਰੇ ਤਰ੍ਹਾਂ ਦੇ ਲੋਕ ਉਹ ਉੱਥੇ ਅਮਰਜ ਹੋਏ। ਤਿੰਨ ਜਿਹੜੇ ਨਾ ਅਲੱਗ ਅਲੱਗ ਦਾਇਰੇ, ਇਹਨਾਂ ਦੀ ਹਦੂਦ ਨੂੰ ਪਹਿਚਾਨਣਾ ਚਾਹੀਦਾ। ਇਹਨਾਂ ਨੂੰ ਜਦੋਂ ਗੜਬੜ ਕਰਦੇ ਨੇ ਪੜ੍ਹੇ ਲਿਖੇ ਬੰਦੇ ਵੀ, ਸਾਇੰਸ ਫਲਸਫਾ ਔਰ ਮਜ਼ਹਬ, ਸਾਇੰਸ ਦਾ ਤਾਲੁਕ ਸਿਰਫ ਮਹਿਸੂਸਾਤ ਨਾਲ, ਇਹ ਅਗਰ ਦਖਲ ਦਿੰਦੀ ਨਾ ਮਜ਼ਹਬ ਦੇ ਬਾਰੇ 'ਚ ਤੁਸੀਂ ਬਿਲਕੁਲ ਗਲਤ ਹੈ। ਇਹ ਨਾ ਖੁਦਾ ਦੇ ਹਾਂ ਬਾਰੇ 'ਚ ਕਹਿ ਸਕਦੀ, ਨਾ ਕਿਉਂਕਿ ਉਹ ਮਹਿਸੂਸਾਤ ਦੇ ਦਾਇਰੇ ਤੋਂ ਖਾਰਜ, ਇਹ ਉਹਦੇ ਬਾਰੇ 'ਚ ਹਾਂ ਵੀ ਨਹੀਂ ਕਹਿ ਸਕਦੇ ਨਾ ਵੀ ਕਹਿ। ਅੱਗੇ ਫਲਸਫਾ ਕਿ ਇਸ ਕਾਇਨਾਤ ਨੂੰ ਵੇਖ ਕੇ ਅੰਦਾਜ਼ਾ ਕਰਨਾ ਵੀ ਇਹ ਬਣੀ ਹੋਈ ਦੁਨੀਆ ਜਿਹੜਾ ਇਹਦਾ ਡਿਸਿਪਲਨ ਆਰਡਰ ਜਿਹੜਾ ਐਸੀ ਅੱਛੀ ਤਰਤੀਬ, ਇਹ ਦੱਸਦੀ ਹੈ ਵੀ ਕੋਈ ਪਲਾਨ ਆ ਕੋਈ ਬ੍ਰੈਨ ਆ, ਇਹ ਸਾਰਾ ਅੱਗੇ ਸੋਚ ਸ਼ੁਰੂ ਹੁੰਦੀ ਹੈ। ਮਹਿਸੂਸਾਤ ਨਹੀਂ, ਅਕਲ ਦਾ ਦਾਇਰਾ ਮਹਿਸੂਸਾਤ ਤੋਂ ਅੱਗੇ ਸ਼ੁਰੂ ਹੁੰਦਾ, ਉੱਥੇ ਜਿਹੜੀ ਚੀਜ਼ ਹਵਾਸ 'ਚ ਆ ਗਿਆ ਉਹ ਮਾਦੀ ਹੋ ਗਈ, ਇਹ ਸਾਇੰਸ ਹੈ। ਸਾਇੰਸ ਤੋਂ ਅੱਗੇ ਆ ਫਲਸਫਾ ਕਿ ਉਹ ਸੋਚ ਵਿਚਾਰ ਕਰਦਾ, ਮਗਰ ਇਹ ਵੀ ਜ਼ਨੋ ਤਖਮੀਨ ਹੈ, ਫਲਸੀਆਂ 'ਚ ਇਖਤਲਾਫ ਹੈ, ਕੋਈ ਖੁਦਾ ਦਾ ਕਾਇਦ ਹੈ ਕੋਈ ਮੁਨਕਰ, ਹੱਕ 'ਤੇ ਨਹੀਂ ਪਹੁੰਚੇ। ਇਹ ਕਿਹਾ ਦੀਨ ਦਾ ਦਾਇਰਾ, ਇਹਦੇ 'ਤੇ ਟਾਮਕ ਟੋਈਆਂ ਨਹੀਂ, ਉਹਨਾਂ ਬੰਦਿਆਂ ਨੇ ਆਪਣੀ ਤਰਫੋਂ ਕੋਈ ਨਹੀਂ ਕੀਤਾ, ਨਾ ਸੋਚ ਵਿਚਾਰ, ਖੁਦ ਡਿਵਾਈਨ ਜਿਹੜੀ ਹੈ ਪਰਸਨੈਲਿਟੀ ਉਹਨੇ ਆਪ ਆਪਣਾ ਨਾ ਖਿਆਲ ਜ਼ਾਹਰ ਕੀਤਾ ਉਹਨਾਂ 'ਤੇ, ਵਹੀ ਕਹਿ ਲਓ, ਅੱਲਾਹ ਨੇ ਖੁਦ ਹੱਕ ਦੱਸਿਆ ਜਿਹੜਾ ਇਸ ਜਹਾਨ ਨੂੰ ਚਲਾਉਂਦਾ। ਇਸ ਵੇਲੇ ਐਵੇਂ ਫਲਸਫਾ ਵਿੱਚ ਵਾਲ ਲੈਣਾ ਸਾਇੰਸ ਵੱਲ ਬਿਲਕੁਲ ਗਲਤ, ਇਹਨਾਂ ਦੇ ਹਦੂਦ ਜੁਦੇ, ਅਸੀਂ ਉਹਦੇ 'ਚ ਟੰਗ ਨਹੀਂ ਅੜਾਉਂਦੇ, ਸੋਚ ਵਿਚਾਰ ਕਰਦੇ ਰਹਿਣ, ਨਜ਼ਰੀਆਤ ਪੇਸ਼ ਕਰਦੇ ਰਹਿਣ, ਕੋਈ ਸਹੀ ਨਿਕਲਣਗੇ ਗਲਤ ਕੋਈ ਨਹੀਂ, ਬਿਸਮਿਲ੍ਲਾ। ਦੀਨ ਆ ਉਹਨੇ ਕਹਿਤਾ ਕਿ ਹਕੀਕਤ ਆ, ਇਸ ਤੋਂ ਬਾਅਦ ਹਕੀਕਤ ਨਹੀਂ ਗਲਤ ਹੈ। ਖਾਲਿਦ ਸਾਹਿਬ ਨੂੰ ਚਾਹੀਦਾ ਵੀ ਉਹ ਜਿਹੜੇ ਹਕਾਇਕ ਬਿਆਨ ਹੋਏ ਨਾ ਦੀਨ ਨੇ ਕੀਤੇ, ਉਹ 'ਤੇ ਕੋਈ ਸਵਾਲ ਕਰਨ, ਇਹ ਆ ਕੀ ਹੈ ਸਾਇੰਸ ਕੀ ਆਉਂਦੀ ਦੂਜੇ, ਇਹ ਬੇਸ਼ੱਕ ਸੋਚ ਵਿਚਾਰ ਕਰਦੇ ਰਹਿਣ, ਕੋਈ ਨਜ਼ਰੀਆ ਗਲਤ ਹੋਣ ਕੋਈ ਸਹੀ ਹੋਣ, ਜੋ ਹਕਾਇਕ ਸਾਬਤ ਹੋਣਗੇ ਸਿਰ ਮੱਥੇ 'ਤੇ, ਜੋ ਖਿਆਲ ਹੀ ਨਿਕਲਣਗੇ ਮਫਰੂਜ਼ੇ, ਉਹਨਾਂ ਆਪ ਹੀ ਰੱਦ ਕਰ ਦੇਣੇ। ਮਜ਼ਹਬ ਦੇ ਰਾਹ ਜਾਂ ਦੀਨ ਇਹ ਸ਼ੁਰੂ ਹੀ ਉੱਥੋਂ ਹੁੰਦਾ ਜਿੱਥੇ ਨਾ ਹਵਾਸ ਕੰਮ ਦਿੰਦੇ ਹੈ, ਨਾ ਅਕਲੇ ਇਨਸਾਨੀ ਕੋਈ ਅੰਦਾਜ਼ਾ ਕਰ ਸਕਦੀ ਹੈ, ਉਹ ਮਾਵਰਾ ਤਬੀਆਤ ਦੁਨੀਆ, ਉਹਦੇ ਬਾਰੇ ਆਲਮੇ ਗੈਬ ਉਹਨੂੰ ਕਹਿ ਲਓ,
उस अनसीन वर्ल्ड के बारे खुद अल्लाह दसदा नबी दस दे। इस तो सवाल दीन का सिर्फ नबी की पहचान से आके रुक जाता कि जरा मैसेंजर है इतने किवें इतमाद करी वो जिंदगी हर सख्त तो सख्त मयार जरा उत्ते परखो कभी सच झूठ बोलिया कोई ये मुफाद आ दुश्मन ने इतने कोई इतराज़ किया जो सच्चा गवाह साबित होवे ना तो जिमें साइंसदाना जी कही तो असं उन्होंने इलम से बार कर दें हालांकि जो साड़ी अखा तो पहला गुजरिया बेटा सारी अनसीन वर्ल्ड है तारीख ही ना लोगों के मैं इनकार कर रहा कि मेरे जमन तो पहला दुनिया है ही नहीं मैं कौन मना सकता जे निरा हवास से रहना वो खबर ही है ना कि लोगों के ऐसा सी मन लेना ये दीन के बारे सिर्फ पैगंबर की शख्सियत इतने बिल्कुल क्रिटिसिज्म है असं खुला मौका देंगे कि एक दुश्मन बन के तुम परख लो कि अगर ये अंदर कोई झूठ रैब नज़र आता तो इन्हों रद्द कर और अगर वो जिंदगी दवाई दे रही फिर तो सच्चा दुनिया कोई नहीं पैदा होया क्यों नहीं उसकी खबर में तुम मन ये खालिद साहब यूरोप गए होंगे मैं नहीं गया ये अगर यूरोप की कोई इतराज नहीं मैं गल कर रहा कई लोग नहीं है मैं सिर्फ एक मिसाल देना कि कोई लोग यूरोप जाते कोई सऊदीया जाते कई नहीं गए वो अगर उतें की कोई खबर देन ये सिर्फ इन्हें तो इनकार कर असी नहीं वेख्या कोई अकलमंद मनूंगा अगर सिर्फ वे सुनिया वेखिया गल् मनिया होंगे तो अखा ही सिर्फ मिलदी यो जरिए इलम हों कल क्यों मिले 999 सिर्फ समा सुन सिर्फ मुखबिर जरा सादक वेखना यदि गलत नहीं कोई इस गल सच्ची है जिंदगी भर का तजर्बा कि बस फिर खबर से असं इंतराज नहीं कर सकते दीन ने जो खबर दी ना मौलवियों ने छोड़ो असं आप इन्हों तो तंग है मैं जो खुतबे जिन्ना मैं इन्हों से नाराज हाँ कि दीन की सही इंटरप्रिटेशन करते क्यों पढ़े लिखे लोग दीन तो नफरत करते दीन जिन्ना माकूल और है लॉजिकल कोई शायद नहीं मगर गलत तफसीर जी है वो लोगों को बेजार कर दी मैं और तुम डॉक्टर साहब को नहीं सीखा साढ़े सामने उन्हें इतराफ़ किया ना मैं कुरान हदीस जानना ना फिका मैं कुरान मजीद के बारे भी साफ कहता ब्याह तीन रकू जो इधर लगने से मैं तौबा 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 अल्लाह ताला की तरतीब न गलत कर दे समझ की कोशिश करो अल्लाह ने जिस तरह ये लिख दिते इतनी ठीक तुम बिल्कुल खुले दिल ना कोई तुम्हें मुर्तद नहीं दहरी नहीं कुछ भी नहीं क्यों कहना असं समझने कि जरा दीन के बारे पूछे क्यों कश असं तो खुश होंने होर भी बंदे कट्ठे करो मगर गल जी ना कुरान अल्लाह के रसूल सलाम तो जो सही साबित है ना कई लोगों ने खालिद साहब एक इस तरह ही सी मास्टर अब्दुल गफूर इंडियन दौर से उस अंग्रेजी हुकूमत वो पढ़ के ना मुसलमानों की किताबा हिस्ट्री वगैरह नहीं पीरों गप्पी नहीं दूसरा पानी होंगे खालिद साहब की तरह पढ़ के ना वो धर्मपाल बन गया आर्या हो गया तरके इस्लाम उन्हें लिखी क्या मुसलमान की किताबा कसर अंबिया सारे और किसी के काबू ना आर्या जड़े से लैके पालकियाँ शहरों शहर फिर मौलाना सनाउल्लाह रहमतुल्लाह अलैह बिल्कुल तुहाड़ी तरह वो एक आलम समझदार से उन्हें क्या धर्मपाल गल सुन जिन्हें ये किताबा लिखिया कबर चले गए तो जाके हिसाब देन लै क्यों लिखा तू गल कर जी कुरान ने कही जी अल्लाह के रसूल तो सही साबित उत्ते तेन कोई इतराज ना चली चली कराइए वो खालिद साहब ऐसे ही गल अपील किया उन्हें मजमे गुजरने वाले किताबा अपन मंगवा के ना अग लाती उन्हें आख्या बाकी ठीक है मौलवियों ने लिखा तो मैं मुतनफर हो गया गल खुदा की किताब की करनी है या अल्लाह के रसूल की करनी उत्ते सवाल अपने सारे करो मुरतब दोस्तों भी आखो इंशाअल्लाह 100 बारी भी आना पो मेरा अपना घर है बवेंगे मगर गल सिर्फ अल्लाह की किताब की होवे सवाल क्या कुरान पाक की गल नहीं समझ।